ਸ਼ਰਾਬੀਆਂ ਦੇ ਸਿਰ ਤੇ ਪੰਜਾਬ ਸਰਕਾਰ ਦੀ ਹੋ ਰਹੀ ਹੈ ਬੱਲੇ ਬੱਲੇ। ਸ਼ਰਾਬ ਤੋਂ ਪੰਜਾਬ ਸਰਕਾਰ ਕਰ ਰਹੀ ਹੈ ਮੋਟੀ ਕਮਾਈ। ਦੱਸ ਦਈਏ ਕਿ 34,000 ਤੋਂ ਵੱਧ ਲੋਕਾਂ ਨੇ 236 ਠੇਕਿਆਂ ਦੇ ਲਾਇਸੈਂਸ ਅਪਲਾਈ ਕੀਤੇ ਤੇ ਇੱਕ ਇੱਕ ਲਾਇਸੈਂਸ ਲਈ ਘੱਟੋ ਘੱਟ 145 ਲੋਕਾਂ ਨੇ ਅਪਲਾਈ ਕੀਤਾ ਤੇ ਸਰਕਾਰ ਨੇ ਅਰਜ਼ੀ ਲਈ ਜਿਹੜੀ ਫੀਸ ਤੈਅ ਕੀਤੀ ਸੀ ਉਹ ਸੀ 75,000 ਰੁਪਏ ਜੋ ਨੌਨ ਰਿਫੰਡੇਬਲ ਸੀ। ਤੇ ਇਸ ਤਰ੍ਹਾਂ ਪੰਜਾਬ ਸਰਕਾਰ ਦੇ ਵੱਲੋਂ ਠੇਕਿਆਂ ਦੀ ਨਿਲਾਮੀ ਮੌਕੇ ਹੀ ਅਰਜ਼ੀਆਂ ਤੋਂ ਹੀ 260 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਦੱਸ ਦਈਏ ਕਿ ਪੰਜਾਬ ਦੇ ਵਿੱਚ ਨਵੀਂ ਐਕਸਾਈਜ਼ ਪਾਲਿਸੀ ਤਹਿਤ ਲੋਟਰੀ ਸਿਸਟਮ ਰਾਹੀਂ ਸ਼ਰਾਬ ਦੇ ਠੇਕਿਆਂ ਦੇ ਲਾਇਸੈਂਸ ਦਿੱਤੇ ਜਾਣਗੇ ਤੇ 2024-25 ਲਈ ਸ਼ਰਾਬ ਤੋਂ ਪੰਜਾਬ ਸਰਕਾਰ ਨੇ 10,000 ਕਰੋੜ ਦੀ ਕਮਾਈ ਦਾ ਟੀਚਾ ਮਿੱਥਿਆ ਹੈ, ਜਦਕਿ 2021-22 'ਚ ਪੰਜਾਬ ਸਰਕਾਰ ਨੇ 6,254 ਕਰੋੜ ਦੀ ਕਮਾਈ ਕੀਤੀ ਸੀ। 22-23 'ਚ ਸ਼ਰਾਬ ਤੋਂ 8,896 ਕਰੋੜ ਅਤੇ 23-24 ਦੇ ਵਿੱਚ ਸ਼ਰਾਬ ਤੋਂ 9,754 ਕਰੋੜ ਦੀ ਕਮਾਈ ਕੀਤੀ ਗਈ ਹੈ ਤੇ ਇਸ ਵਾਰ 24-25 ਲਈ ਪੰਜਾਬ ਸਰਕਾਰ ਨੇ ਸ਼ਰਾਬ ਤੋਂ 10,000 ਕਰੋੜ ਦੀ ਕਮਾਈ ਦਾ ਟੀਚਾ ਮਿੱਥਿਆ ਹੈ। ਦੱਸ ਦਈਏ ਕਿ ਨਵੀਂ ਪਾਲਿਸੀ ਤਹਿਤ ਵਿਦੇਸ਼ੀ ਦਾਰੂ ਯਾਨੀ ਕਿ ਇੰਪੋਰਟਡ ਦਾਰੂ ਦੇ ਰੇਟ ਘਟਾਏ ਜਾ ਰਹੇ ਨੇ, ਜਦਕਿ ਬਾਕੀ ਬ੍ਰਾਂਡਸ ਦੀਆਂ ਕੀਮਤਾਂ ਨਹੀਂ ਵਧਾਈਆਂ ਗਈਆਂ। ਤਾਂ ਪੰਜਾਬ ਸਰਕਾਰ ਦੇ ਵੱਲੋਂ 2024-25 ਲਈ ਨਵੀਂ ਆਬਕਾਰੀ ਨੀਤੀ ਦੇ ਤਹਿਤ ਪਹਿਲੇ ਹੀ ਝਟਕੇ ਦੇ ਵਿੱਚ 260 ਕਰੋੜ ਰੁਪਏ ਕਮਾਏ ਗਏ ਨੇ। ਸੂਬੇ ਵਿੱਚ ਸ਼ਰਾਬ ਦੇ 236 ਲਾਇਸੈਂਸਾਂ ਦੀ ਖਰੀਦ ਲਈ 34,000 ਤੋਂ ਵੱਧ ਠੇਕੇਦਾਰ ਸਾਹਮਣੇ ਆਏ ਨੇ। ਇੱਕ ਲਾਇਸੈਂਸ ਲਈ ਘੱਟੋ ਘੱਟ 145 ਲੋਕਾਂ ਨੇ ਅਪਲਾਈ ਕੀਤਾ ਹੈ ਤੇ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਲਈ ਸਿਰਫ ਅਰਜ਼ੀਆਂ ਤੋਂ ਹੀ ਪੰਜਾਬ ਸਰਕਾਰ ਨੇ 260 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਦੱਸ ਦਈਏ ਕਿ ਲੋਟਰੀ ਸਿਸਟਮ ਦੇ ਰਾਹੀਂ ਸ਼ਰਾਬ ਦੇ ਠੇਕਿਆਂ ਦੇ ਲਾਇਸੈਂਸ ਪੰਜਾਬ ਸਰਕਾਰ ਦੇ ਵੱਲੋਂ ਦਿੱਤੇ ਜਾਣਗੇ ਤੇ ਪੰਜਾਬ ਦੇ ਵਿੱਚ ਠੇਕਿਆਂ ਦੀ ਖਰੀਦ ਲਈ ਵੱਡੇ ਪੱਧਰ ਤੇ ਲੋਕ ਅੱਗੇ ਆਏ ਨੇ। ਤਕਰੀਬ 34,000 ਲੋਕਾਂ ਦੇ ਵੱਲੋਂ ਇਹ ਅਰਜ਼ੀਆਂ ਲਾਈਆਂ ਗਈਆਂ ਨੇ ਤੇ ਇੱਕ ਇੱਕ ਅਰਜ਼ੀ ਦੀ ਕੀਮਤ 75,000 ਰੱਖੀ ਗਈ ਸੀ ਜੋ ਨੌਨ ਰਿਫੰਡੇਬਲ ਹੈ। ਦੱਸ ਦਈਏ ਕਿ 22 ਮਾਰਚ ਨੂੰ ਡਰਾ ਕੱਢੇ ਜਾਣੇ ਨੇ ਤੇ ਉਸ ਦੇ ਲਈ 34,000 ਤੋਂ ਵੱਧ ਲੋਕਾਂ ਨੇ ਅਪਲਾਈ ਕੀਤਾ ਤੇ ਸਰਕਾਰ ਨੂੰ 260 ਕਰੋੜ ਰੁਪਏ ਇਕੱਠੇ ਹੋਏ ਨੇ। ਤਾਂ ਇਸ ਵਾਰ ਸ਼ਰਾਬੀਆਂ ਦੇ ਸਿਰ ਤੇ ਪੰਜਾਬ ਸਰਕਾਰ ਨੇ 10,000 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਮਿੱਥਿਆ ਹੈ। ਦੇਖਣਾ ਹੋਏਗਾ ਕਿ ਇਸ ਟੀਚੇ ਦੇ ਵਿੱਚੋਂ ਸਰਕਾਰ ਕਿੰਨਾ ਪੂਰਾ ਕਰ ਪਾਉਂਦੀ ਹੈ। ਪਰ ਪਿਛਲੇ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ 2021-22 ਲਈ 6,254 ਕਰੋੜ ਰੁਪਏ ਕਮਾਏ, 22-23 'ਚ 8,896 ਕਰੋੜ, 23-24 'ਚ ਇਹ ਵੱਧ ਕੇ 9,754 ਕਰੋੜ ਹੋ ਗਏ ਤੇ ਹੁਣ ਇਹ ਟੀਚਾ 10,000 ਕਰੋੜ ਤੋਂ ਵੀ ਵਧੇਰੇ ਦਾ ਹੈ।